ਸਾਡਾ ਸੈਂਟਰ ਫਸਟ ਸੈਂਟਰ ਹੈ ਇੰਡੀਆ ਦੇ ਵਿੱਚ ਜਿੱਥੇ PhD ਇੰਗਲਿਸ਼ ਟ੍ਰੇਨਰ ਪੜ੍ਹਾ ਰਹੇ ਨੇ ਆਇਲ ਸੈਂਟਰ ਦੇ ਵਿੱਚ ਨਨ ਆਫ ਦਾ ਸੈਂਟਰ ਇਨ ਇੰਡੀਆ ਹੈਵਿੰਗ PhD ਇੰਗਲਿਸ਼ ਐਕਸਪਰਟਸ ਇਨ ਸਕਿੱਲਸ ਸੋ ਸਾਡੇ ਕੋਲ MA ਇੰਗਲਿਸ਼ MPhil ਇੰਗਲਿਸ਼ PhD ਇੰਗਲਿਸ਼ ਲੈਵਲ ਦੀ ਫੈਕਲਟੀ ਹੈ ਜੋ ਤੁਹਾਨੂੰ ਆਇਲਸ ਪੜ੍ਹਾਵੇਗੀ ਸਪੈਸ਼ਲਾਈਜ਼ ਇਸ ਸੈਂਟਰ ਦੀ ਹੈਗੀ ਕਿ PhD ਟੀਚਰਸ ਪ੍ਰੋਵਾਈਡ ਕਰ ਰਹੇ ਆ ਸਾਰਾ ਸਾਨੂੰ ਇੰਗਲਿਸ਼ ਦੇ ਵਿੱਚ ਜੋ ਵੀ ਹੈਗਾ PPTs ਦੇ ਥਰੂ ਸਮਾਰਟ ਕਲਾਸਿਸ ਦੇ ਥਰੂ ਪੜ੍ਹਾਇਆ ਜਾਂਦਾ ਜੋ ਕਿ ਬਹੁਤ ਹੀ ਜ਼ਿਆਦਾ ਬੈਨੀਫਿਟ ਦੇ ਰਿਹਾ ਇੰਪਰੂਵਮੈਂਟ ਕਰ ਰਿਹਾ ਸਾਡੇ ਲਈ ਅਤੇ ਜੋ ਮਟੀਰੀਅਲ ਵੀ ਦੇ ਰਿਹਾ ਸਾਨੂੰ ਫਰੈਸ਼ ਮਟੀਰੀਅਲ ਆ ਰਿਹਾ ਡੇ ਬਾਏ ਡੇ ਸਾਰਾ ਅੱਛਾ ਹੈਗਾ ਸਾਰਾ ਸੋ ਜੋ ਵੀ ਸਾਨੂੰ ਰੀਡਿੰਗਸ ਦੇ ਵਿੱਚ ਡਿਫੀਕਲਟੀਜ਼ ਆਉਂਦੀਆਂ ਲਾਈਕ MCQs ਦੇ ਵਿੱਚ ਫਿਲ ਇਨ ਦਾ ਬਲੈਂਕਸ ਵਿੱਚ ਉਹਦੇ ਲਈ ਸਾਨੂੰ ਇੱਕ ਐਕਸਟਰਾ PPTs ਪ੍ਰੋਵਾਈਡ ਕੀਤੀਆਂ ਜਾਂਦੀਆਂ ਵੀ ਉਹਨੂੰ ਆਪਾਂ ਈਜ਼ੀਲੀ ਕਿਵੇਂ ਕਰ ਸਕਦੇ ਹਾਂ ਸੋ ਇਹ ਚੀਜ਼ਾਂ ਲਈ ਇਸ ਚੀਜ਼ਾਂ ਨਾਲ ਕਾਫੀ ਇੰਪਰੂਵਮੈਂਟ ਨੰਬਰ 2 ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਕਿ ਵੀ ਆਰ ਐਜੂਕੇਸ਼ਨਿਸਟ ਸੋ ਅਸੀਂ ਐਜੂਕੇਸ਼ਨ ਦਾ ਮਾਹੌਲ ਕਾਇਮ ਕੀਤਾ ਵਿਨ ਯੂਰ ਇੰਗਲਿਸ਼ ਦੇ ਵਿੱਚ ਜਦੋਂ ਤੁਸੀਂ ਆਓਗੇ ਤੁਹਾਨੂੰ ਕੋਈ ਵੀ ਸ਼ਰਾਰਤ ਕਰਨ ਵਾਲਾ ਜਾਂ ਫਾਲਤੂ ਬੈਠਾ ਨਜ਼ਰ ਨਹੀਂ ਆਏਗਾ ਸਟੂਡੈਂਟਸ ਦੇ ਪੇਰੈਂਟਸ ਬਹੁਤ ਫੀਲ ਸਿਕਿਓਰ ਕਰਦੇ ਜਦੋਂ ਸਟੂਡੈਂਟ ਸਾਡੇ ਕੋਲ ਆਉਂਦਾ ਕਿਉਂਕਿ ਬੇਟੀਆਂ ਨੇ ਆਉਣਾ ਹੈ ਸੋ ਇਹ ਤੁਹਾਡੀਆਂ ਬੇਟੀਆਂ ਨਹੀਂ ਇਹ ਸਾਡੀਆਂ ਬੇਟੀਆਂ ਸੋ ਸਾਡਾ ਫੋਕਸ ਇਸੇ ਚੀਜ਼ 'ਤੇ ਹੁੰਦਾ ਹੈ ਕਿ ਅਸੀਂ ਕਿਸ ਤਰ੍ਹਾਂ ਰਾਈਟ ਇਨਵਾਇਰਮੈਂਟ ਪ੍ਰੋਵਾਈਡ ਕਰੀਏ ਇਸ ਤੋਂ ਪਹਿਲਾਂ ਮੈਂ ਦੋ ਹੋਰ ਇੰਸਟੀਟਿਊਟਸ ਦਾ ਜੋ ਟਰਾਈ ਕੀਤਾ ਸੀ ਪਰ ਉੱਥੇ ਜਿਵੇਂ ਅਸੀਂ ਡਿਸਿਪਲਿਨ ਸੀਗਾ ਉਹ ਇੰਨਾ ਮਤਲਬ ਵਧੀਆ ਨਹੀਂ ਸੀਗਾ ਪਰ ਇੱਥੇ ਆ ਕੇ ਮੈਨੂੰ ਵਧੀਆ ਲੱਗਾ ਇਸ ਤੋਂ ਪਹਿਲਾਂ ਆਈਲੈਸ ਦੇ ਐਗਜ਼ਾਮ ਵੀ ਤੁਸੀਂ ਨਹੀਂ ਨਹੀਂ ਫਸਟ ਟਾਈਮ ਥੋੜ੍ਹਾ ਹੋਰ ਇੰਪਰੂਵ ਕਰਕੇ ਉਸ ਤੋਂ ਬਾਅਦ ਹੁਣ ਇੱਥੋਂ ਕੋਚਿੰਗ ਲੈਣ ਤੋਂ ਬਾਅਦ ਕੋਈ ਉੱਥੇ ਹੋਰ ਵੀ ਜਾਣਾ ਹੁੰਦਾ ਸਿੱਧਾ ਐਗਜ਼ਾਮ ਦੇਣ ਮੈਂ ਸਿੱਧਾ ਐਗਜ਼ਾਮ ਦੇਣ ਜਾਊਂਗਾ ਕਿਉਂਕਿ ਇੱਥੋਂ ਦੇ ਸਕਦੇ ਹੋ ਬੱਚਿਆਂ ਦਾ ਕੋਨਫੀਡੈਂਸ ਲੈਵਲ ਵੀ ਕਾਫੀ ਉੱਚਾ ਲੱਗ ਰਿਹਾ ਹੋਣਾ ਵੀ ਚਾਹੀਦਾ ਕਿਉਂਕਿ ਵੈਲ ਕੁਆਲੀਫਾਈ ਜੋ ਟੀਚਰਸ ਨੇ ਮੇਨਲੀ ਜੋ ਗੱਲ ਸਰ ਨਾਲ ਜਿਸ ਤਰ੍ਹਾਂ ਗੱਲ ਹੋਈ ਸੀ ਕਈ ਆਈਲੈਸ ਸੈਂਟਰ ਦੇ ਵਿੱਚ ਕੀ ਹੁੰਦਾ ਜਦੋਂ ਇੱਕ ਬੱਚੇ ਦੇ 7 band ਜਾਂ ਉਸ ਤੋਂ ਪਲੱਸ ਆ ਜਾਂਦੇ ਆ ਤਾਂ ਉਸ ਨੂੰ ਰੈਕਮੈਂਡ ਕਰ ਦਿੰਦੇ ਆ ਕਿ ਉਹ ਹੋਰ ਬੱਚਿਆਂ ਨੂੰ ਪੜ੍ਹਾਵੇ ਲੇਕਿਨ ਇੱਥੇ ਸਾਰੇ PhD ਕੁਆਲੀਫਾਈਡ ਜੋ ਹੈਗੇ ਨੇ ਉਹ ਟੀਚਰਸ ਨੇ ਦੁਬਾਰਾ ਕੀਤਾ ਜਾ ਰਿਹਾ ਸੋ ਸਭ ਤੋਂ ਵੱਡਾ ਇਸ ਇੰਡਸਟਰੀ 'ਚ ਫੇਲਿਓਰ ਇਹ ਹੈ ਕਿ ਅਗਰ ਕੋਈ ਬੱਚਾ 6 band ਜਾਂ 7 each ਲੈ ਲੈਂਦਾ ਹੈ ਚਾਹੇ ਬਾਏ ਲੱਕ ਆ ਜਾਵੇ ਉਹਨੂੰ ਉਹ ਟ੍ਰੇਨਰ ਹਾਇਰ ਕਰ ਲੈਂਦੇ ਨੇ ਵੀ ਡੋਂਟ ਡੂ ਲਾਈਕ ਦਿਸ ਸਾਡੇ ਕੋਲ ਕੋਈ ਬੱਚਾ ਆਵੇ ਜਿਸ ਨੇ ਆਇਲਸ ਰੀਸੈਂਟ ਕਲੀਅਰ ਕੀਤਾ ਹੈ ਔਰ ਆਵੇ ਹੀ ਔਰ ਸ਼ੀ ਇਜ਼ ਨੋਟ ਕੁਆਲੀਫਾਈ ਫੋਰ ਦਾ ਆਇਲਸ ਟ੍ਰੇਨਿੰਗ ਸਾਡੇ ਕੋਲ PhD ਇੰਗਲਿਸ਼ ਲੈਵਲ ਤੋਂ ਘੱਟ ਅਸੀਂ ਕਿਸੇ ਨੂੰ ਹਾਇਰ ਨਹੀਂ ਕਰਦੇ ਸੋ ਸਾਡੇ ਜਿਹੜੀ ਟ੍ਰੇਨਿੰਗ ਹੈਗੀ ਅਸੀਂ ਸਮਝਦੇ ਹਾਂ ਕਿ ਅਗਰ ਤੁਹਾਡੇ 9 ਦੇ ਵਿੱਚੋਂ 5 ਆ ਰਹੇ ਨੇ ਉਹ 4 ਕਿੱਥੇ ਜਾ ਰਹੇ ਨੇ ਅਸੀਂ ਉਹ ਫਿਗਰ ਆਊਟ ਕਰਦੇ ਹਾਂ ਬਿਕੋਜ਼ ਵੀ ਆਰ IDP ਸਰਟੀਫਾਈਡ ਸਾਨੂੰ ਪਤਾ ਹੈ ਜਦੋਂ ਅਸੀਂ ਤੁਹਾਨੂੰ ਐਨਾਲਾਈਜ਼ ਕਰਦੇ ਹਾਂ ਫਸਟ ਵੀਕ ਅਸੀਂ ਪੂਰਾ ਐਨਾਲਾਈਜ਼ ਕਰਦੇ ਹਾਂ ਤੁਹਾਡੀ ਪਰਫੋਰਮੈਂਸ ਇਨ ਦੈਟ ਵੀ ਫਿਗਰ ਆਊਟ ਕਿ ਤੁਸੀਂ ਕਿੱਥੇ ਲੈਕ ਕਰ ਰਹੇ ਹੋ ਫਿਰ ਅਸੀਂ ਉਸ ਵੀਕਨੈਸ 'ਤੇ ਵਰਕਆਊਟ ਕਰਦੇ ਹਾਂ ਪਰ ਕੁਐਸਚਨ ਵਾਈਜ਼ ਅਸੀਂ ਤੁਹਾਨੂੰ ਸਮਝਾਉਂਦੇ ਹਾਂ ਸਾਡੀ ਜਿਹੜੀ PPTs ਚੱਲਦੀਆਂ ਪ੍ਰੋਜੈਕਟਰ ਦੇ ਥਰੂ ਅਸੀਂ ਪੜ੍ਹਾਉਂਦੇ ਹਾਂ ਕਿ ਮਲਟੀਪਲ ਚੋਇਸ ਕੁਐਸਚਨਸ ਨੂੰ ਕਿਵੇਂ ਸੋਰਟ ਆਊਟ ਕਰਨਾ ਹੈ ਕਿਵੇਂ ਤੁਸੀਂ ਐਲੀਮੀਨੇਸ਼ਨ ਮੈਥਡ ਯੂਜ਼ ਕਰਨਾ ਹੈ ਹੈਡਿੰਗਸ ਨੂੰ ਕਿਵੇਂ ਡੀਲ ਕਰਨਾ ਹੈ ਔਰ ਹਰ ਕੁਐਸਚਨ ਟਾਈਪ ਨੂੰ ਕਿੱਦਾਂ ਡੀਲ ਕਰਨਾ ਹੈ ਟੂ ਗੈਟ ਹਾਇਰ ਬੈਂਡਸ ਵੀ ਵਿਲ ਟੀਚ ਯੂ ਈਚ ਐਂਡ ਐਵਰੀਥਿੰਗ ਹੈਗੇ ਜੀ ਈਰਾ ਪੂਰੀ ਔਰ ਓਵਰਆਲ ਜੋ ਬੈਂਡ ਨੇ 8 ਬਹੁਤ ਵਧੀਆ ਹੁੰਦੇ ਨੇ ਓਵਰਆਲ ਬੈਂਡ 8 ਕਿ 6 ਤੋਂ ਉੱਪਰ ਤਾਂ ਕਾਫੀ ਅੱਛੇ ਮੰਨੇ ਜਾਂਦੇ ਆ ਲਿਸਨਿੰਗ ਦੇ ਵਿੱਚੋਂ 9 ਰੀਡਿੰਗ 8 ਰਿਟਨ 7.5 ਸਪੀਕਿੰਗ 7 ਤਾਂ ਇਸ ਤਰ੍ਹਾਂ ਦੇ ਬਹੁਤ ਸਾਰੀ ਉਦਾਹਰਨਾਂ ਵੀ ਇਹਨਾਂ ਕੋਲ ਹੈਗੀਆਂ ਨੇ ਇਹ ਹੈਗੇ ਨੇ ਜੀ ਸਾਰਥਿਕ ਸ਼ਰਮਾ ਜੀ ਔਰ ਓਵਰਆਲ ਇਹਨਾਂ ਦੇ ਵੀ ਬੈਂਡ ਹੈਗੇ ਨੇ 7.5 ਔਰ ਤੁਸੀਂ ਹੋਰ ਵੀ ਆਪਾਂ ਦੇਖ ਸਕਦੇ ਹਾਂ ਦੇਖੋ 8 ਬੈਂਡ ਹੈਗੇ ਨੇ ਸ਼ੋਭੀ ਸਿੰਘ ਜੀ ਨੇ ਉਸ ਤੋਂ ਬਾਅਦ 6.5 ਬੈਂਡ ਨੇ 8 ਬੈਂਡ ਨੇ ਸਾਰੇ ਪਰਫੋਰਮਾਂ ਇੱਥੇ ਲਗਾਇਆ ਹੋਇਆ 7 band ਨੇ 7 band ਨੇ ਇਹ ਸਭ ਕੁਝ ਸ਼ੋ ਕਰਦਾ ਵੀ ਇੱਥੇ ਕਿਉਂ ਬੱਚੇ ਆਈਲੈਸ ਕਰਨ ਇਹਨਾਂ ਕੋਲ ਆਉਣ ਔਰ ਕਿਉਂ ਆਉਂਦੇ ਨੇ ਦੋਨੋਂ ਗੱਲਾਂ ਇੱਥੇ ਕਲੀਅਰ ਹੋ ਜਾਂਦੀਆਂ ਨੇ 7 band ਨੇ 8.5 ਨੇ 7.5 ਨੇ ਸਾਰਾ ਇੱਥੇ ਇਹਨਾਂ ਕੋਲ ਫੁੱਲ ਫਲੈਸ਼ ਡਾਟਾ ਜੋ ਹੈਗਾ ਇਹਨਾਂ ਨੇ ਉੱਪਰ ਲਗਾਇਆ ਹੋਇਆ ਸੋ ਜਿੱਦਾਂ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਸਿਰਫ ਐਕਸਪਰਟਸ ਹੋਣਗੇ ਜੋ ਤੁਹਾਨੂੰ ਪੜ੍ਹਾਉਣਗੇ ਨੰਬਰ 2 'ਤੇ ਅਸੀਂ ਇੱਕ ਐਜੂਕੇਸ਼ਨਲ ਇਨਵਾਇਰਮੈਂਟ ਕ੍ਰੀਏਟ ਕੀਤਾ ਹੈ ਕਿ ਜਿਹਦੇ ਵਿੱਚ ਅਸੀਂ ਤੁਸੀਂ ਡੈਮੋ ਤਾਂ ਆਪਣੀ ਮਰਜ਼ੀ ਨਾਲ ਲੈ ਸਕਦੇ ਹੋ ਬਟ ਐਡਮਿਸ਼ਨ ਨਹੀਂ ਲੈ ਸਕਦੇ ਐਡਮਿਸ਼ਨ ਅਸੀਂ ਖੁਦ ਫਿਲਟਰੇਸ਼ਨ ਕਰਕੇ ਅਸੀਂ ਦੇਖਦੇ ਹਾਂ ਥੋੜਾ ਸਿੰਸੈਰਿਟੀ ਲੈਵਲ ਇਫ ਯੂ ਆਰ ਸਿੰਸੀਅਰ ਟੂ ਸਟੱਡੀਜ਼ ਦੈਨ ਯੂ ਵਿਲ ਓਨਲੀ ਗੈਟ ਐਡਮਿਸ਼ਨ ਅਦਰਵਾਈਜ਼ ਅਸੀਂ ਇੱਕ ਮੰਥ ਦੇ ਵਿੱਚ 15-20 ਸਟੂਡੈਂਟ ਵਾਪਸ ਮੋੜਦੇ ਹਾਂ ਆਪਣੇ ਸੈਂਟਰ ਤੋਂ ਕਿ ਸਾਡੇ ਕੋਲ ਸੀਟ ਅਵੇਲੇਬਲ ਨਹੀਂ ਕਿਉਂਕਿ ਅਗਰ 1-20 ਸਟੂਡੈਂਟ ਨੋਨ ਸਿੰਸੀਅਰ ਆ ਗਿਆ ਸਾਡਾ ਸਾਰਾ ਇਨਵਾਇਰਮੈਂਟ ਉਹਨੇ ਖਰਾਬ ਕਰ ਦੇਣਾ ਔਰ ਵੀ ਆਰ ਵੈਰੀ ਸਿੰਸੀਅਰ ਟੂ ਆਰ ਐਫਰਟਸ ਇਹ ਅਸੀਂ ਬਿਜ਼ਨਸ ਲੈ ਕੇ ਨਹੀਂ ਚੱਲ ਰਹੇ ਅਸੀਂ ਵਾਹਿਗੁਰੂ ਦੀ ਸੇਵਾ ਲੈ ਕੇ ਚੱਲ ਰਹੇ ਹਾਂ ਬਹੁਤ ਸਾਰੇ ਸਟੂਡੈਂਟ ਤਾਂ ਸਾਨੂੰ ਸਾਡੇ ਕੋਲ ਆ ਕੇ ਫ੍ਰੀ ਵੀ ਪੜ੍ਹ ਕੇ ਜਾ ਚੁੱਕੇ ਨੇ ਉਹਦਾ ਰੀਜ਼ਨ ਇਹ ਹੈ ਕਿ ਅਸੀਂ ਐਜੂਕੇਸ਼ਨ ਦੀ ਕਦਰ ਕਰਦੇ ਹਾਂ ਐਜੂਕੇਸ਼ਨ ਇਜ਼ ਅ ਰਾਈਟ ਫੋਰ ਆਲ ਸਾਰਿਆਂ ਦਾ ਹੱਕ ਬਣਦਾ ਹੈ ਪੜ੍ਹਨਾ
ਪਹਿਲਾਂ ਵੀ ਤੁਸੀਂ ਕਿਤੇ ਹੋਰ ਕੋਚਿੰਗ ਲਈ ਜਾਂ ਨਹੀਂ? ਨੋ ਸਰ, ਇਟਸ ਫਸਟ ਟਾਈਮ। ਸਰ ਮੈਂ ਡਿਸਾਈਡ ਕੀਤਾ ਸੀ ਕਿ ਮੈਂ ਡੈਮੋ ਕਲਾਸਿਸ ਲੈਣੀਆਂ, ਬਟ ਇੱਥੇ ਮੈਨੂੰ ਇੰਨਾ ਕੁ ਜ਼ਿਆਦਾ ਵਧੀਆ ਸਾਰੀਆਂ ਫੈਸਿਲਿਟੀਜ਼ ਲੱਗੀਆਂ, ਸੋ ਮੈਂ ਹੋਰ ਕਿਤੇ ਵੀ ਮਤਲਬ ਡੈਮੋ ਕਲਾਸਿਸ ਦੇ ਲਈ ਜੁਆਇਨ ਨਹੀਂ ਕੀਤਾ। ਮੈਨੂੰ ਇੱਥੋਂ ਦੀਆਂ ਸਾਰੀਆਂ ਫੈਸਿਲਿਟੀਜ਼, ਟੀਚਿੰਗ ਵੇ ਬਹੁਤ ਹੀ ਜ਼ਿਆਦਾ ਵਧੀਆ ਲੱਗੀਆਂ, ਅਤੇ ਟੀਚਰਸ ਨਾਲ ਅਸੀਂ ਖੁੱਲ੍ਹ ਕੇ ਗੱਲ ਕਰ ਸਕਦੇ ਹਾਂ, ਆਈ ਕੰਟੈਕਟ ਵੀ ਬਣਾ ਕੇ ਗੱਲ ਕਰ ਸਕਦੇ ਹਾਂ, ਬਹੁਤ ਵਧੀਆ ਮਤਲਬ ਸਾਰੀ ਅਚੀਵਮੈਂਟਸ ਲੱਗੀਆਂ। ਤੁਹਾਡੀ ਵੀ ਕੰਟਰੀ ਮੈਨੂੰ ਲੱਗਦਾ ਕੈਨੇਡਾ ਹੀ ਹੋਏਗੀ ਸ਼ਾਇਦ? ਹਾਂਜੀ ਸਰ, ਸਭ ਦੀ ਕੈਨੇਡਾ ਹੀ ਹੈ। ਔਰ ਕਿਸੇ ਵੀ ਕੰਟਰੀ ਵਿੱਚ ਜਾਣ ਲਈ ਅਗਰ ਆਈਲੈਟਸ ਦੀ ਜ਼ਰੂਰਤ ਹੈ ਤਾਂ ਤੁਸੀਂ ਇਸ ਨੂੰ ਬਿਲਕੁਲ ਚੂਜ ਕਰ ਸਕਦੇ ਹੋ। ਤਾਂ ਇਸ ਨੂੰ ਅਸੀਂ ਕਮਰਸ਼ਲਾਈਜ਼ ਨਹੀਂ ਕੀਤਾ, ਇਸ ਚੀਜ਼ ਨੂੰ ਦੇਖਦੇ ਹੋਏ ਡਿਊਰਿੰਗ ਲੋਕਡਾਊਨ, ਜਿੰਨਾ ਵੀ ਲੋਕਡਾਊਨ ਸੀਗਾ ਉਹਦੇ ਵਿੱਚ ਅਸੀਂ ਆਪਣੇ ਸਾਰੇ ਟ੍ਰੇਨਰ, ਸਾਡੇ ਕੋਲ 8 ਟ੍ਰੇਨਰ ਹੈ ਜੀ, ਅਸੀਂ ਆਨਲਾਈਨ ਫ੍ਰੀ ਸਟੱਡੀਜ਼ ਕਰਵਾਈਆਂ ਸਾਰੇ ਟ੍ਰੇਨਰਸ ਦੇ, ਅਸੀਂ ਖੁਦ ਖਰਚਾ ਐਕਸਪੈਂਸਿਸ ਆਪਣੇ ਕੋਲੋਂ ਕੀਤਾ ਔਰ ਬੱਚਿਆਂ ਨੂੰ ਫ੍ਰੀ ਪੜ੍ਹਾਇਆ ਤਾਂ ਕਿ ਬੱਚੇ ਸ਼ੌਕ 'ਚ ਨਾ ਜਾਣ। ਬਹੁਤ ਸਾਰੇ ਸੈਂਟਰਸ ਨੂੰ ਆਨਲਾਈਨ ਪੜ੍ਹਾਉਣਾ ਨਹੀਂ ਆਉਂਦਾ ਔਰ ਅਸੀਂ ਕਾਫੀ ਦੇਰ ਤੋਂ ਆਨਲਾਈਨ ਪੜ੍ਹਾ ਰਹੇ ਹਾਂ, ਤਾਂ ਸਾਨੂੰ ਇਹ ਸੀਗਾ ਕਿ ਜਿਨ੍ਹਾਂ ਦੇ ਐਗਜ਼ਾਮ ਨੇੜੇ ਐਟਲੀਸਟ ਉਹ ਬੱਚੇ ਡਿਪਰੈਸ਼ਨ 'ਚ ਨਾ ਜਾਣ ਜਾਂ ਐਗਜ਼ਾਮ ਉਹਨਾਂ ਦੇ ਸਫਰ ਨਾ ਕਰਨ। ਇਸ ਚੀਜ਼ ਨੂੰ ਦੇਖਦੇ ਹੋਏ ਅਸੀਂ ਗਲੋਬਲੀ ਕੈਂਪੇਨ ਚਲਾਇਆ ਜਿਹਦੇ ਵਿੱਚ 1000 ਤੋਂ ਵੱਧ ਬੱਚਿਆਂ ਨੂੰ ਅਸੀਂ ਫ੍ਰੀ ਆਇਲਸ ਦੀ ਟ੍ਰੇਨਿੰਗ ਦਿੱਤੀ। ਕੁਛ ਬੱਚੇ ਉਹਨਾਂ ਦੇ ਵਿੱਚੋਂ ਲੰਡਨ ਤੋਂ ਸੀਗੇ ਜਿਨ੍ਹਾਂ ਨੇ ਵਰਲਡ ਬੁੱਕ ਆਫ ਰਿਕਾਰਡਸ ਨੂੰ ਸਾਡੇ ਇਸ ਸੇਵਾ ਦਾ ਉਪਰਾਲੇ ਦਾ ਦੱਸਿਆ ਔਰ ਸਾਨੂੰ ਵਰਲਡ ਬੁੱਕ ਆਫ ਰਿਕਾਰਡ ਨੇ ਇਸ ਲਈ ਸਨਮਾਨਿਤ ਕੀਤਾ। ਮੈਂ ਤੁਹਾਨੂੰ ਉਸਦਾ ਦਿਖਾਉਣਾ ਚਾਹਾਂਗਾ ਕਿ ਸਾਨੂੰ ਵਰਲਡ ਬੁੱਕ ਆਫ ਰਿਕਾਰਡਸ ਤੋਂ ਪ੍ਰੋਪਰ ਸਾਨੂੰ ਸਨਮਾਨਿਤ ਕੀਤਾ ਗਿਆ ਲੰਡਨ ਤੋਂ। ਪਵਨ ਕੈਲੇ ਜੀ ਆਏ ਜਿਨ੍ਹਾਂ ਨੇ ਸਾਨੂੰ ਇਹ ਰਿਕਾਰਡ ਰਿਵਾਰਡ ਦਿੱਤਾ, ਇੱਥੇ ਆ ਕੇ ਸਾਨੂੰ ਬੜਾ ਹੀ ਸਨਮਾਨਿਤ ਕੀਤਾ। ਸੋ ਅਸੀਂ ਵਰਲਡ ਬੁੱਕ ਆਫ ਰਿਕਾਰਡ ਦੇ ਧੰਨਵਾਦੀ ਹਾਂ। ਅਸੀਂ ਇਹ ਐਕਸਪੈਕਟ ਨਹੀਂ ਕੀਤਾ ਸੀ, ਇਟਸ ਅ ਗੋਡਸ ਗਿਫਟ ਵੀ ਕੈਨ ਸੇ। ਸੋ ਅਗੇਨ ਮੈਂ ਉਸ ਚੀਜ਼ 'ਤੇ ਆਉਂਦਾ ਕਿ ਇਫ ਯੂ ਆਰ ਸੰਸੀਅਰ, ਇਫ ਯੂ ਹੈਵ ਸੰਸੈਰਿਟੀ ਕਿ ਤੁਸੀਂ ਆਇਲਸ ਕਲੀਅਰ ਕਰਨਾ ਚਾਹੁੰਦੇ ਹੋ ਔਰ ਤੁਸੀਂ ਵਿਦੇਸ਼ ਜਾਣਾ ਚਾਹੁੰਦੇ ਹੋ ਤਾਂ ਜ਼ਰੂਰ ਆਓ, ਇੱਕ ਵਾਰ ਡੈਮੋ ਜ਼ਰੂਰ ਲਓ। ਨੋਨ ਸੰਸੀਅਰ ਸਟੂਡੈਂਟਸ ਦੀ ਇੱਥੇ ਬਿਲਕੁਲ ਐਂਟਰੀ ਨਹੀਂ ਹੈ ਜੀ। ਸਾਰਾ ਸੈਂਟਰ ਸਾਡਾ ਸਰਵੀਲੈਂਸ ਕੈਮਰੇਜ਼ ਨਾਲ ਕਵਰਡ ਹੈ, ਸਾਰਾ ਸਟਾਫ ਸਾਡਾ ਡਿਸਿਪਲਿਨਡ ਹੈ। ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਸਰ, ਸਾਡੀ ਦਿਨ ਰਾਤ ਦੀ ਇਹੀ ਪ੍ਰੈਕਟਿਸ ਹੁੰਦੀ ਹੈ ਕਿ ਬੱਚਿਆਂ ਨੂੰ ਵਧੀਆ ਅਸੀਂ ਇਨਵਾਇਰਮੈਂਟ ਦੇਈਏ, ਡਿਸਿਪਲਿਨ ਦੇਈਏ, ਅਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜੀਆਂ ਉਹਨਾਂ ਦੀਆਂ ਕੁਐਰੀਜ਼ ਨੇ, ਉਹਨਾਂ ਦੇ ਵੀਕ ਪੁਆਇੰਟਸ ਨੇ, ਉਹਨਾਂ ਨੂੰ ਅਸੀਂ ਸਟਰੈਂਥ 'ਚ ਬਦਲ ਦਈਏ। ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਹੈ, ਜੋ ਸਟੂਡੈਂਟ ਜੋ ਗੁਰੂ ਹੁੰਦਾ ਹੈ, ਪਹਿਲਾਂ ਤਾਂ ਗੁਰੂ ਹੀ ਮੰਨਿਆ ਜਾਂਦਾ ਸੀ, ਅੱਜ ਕੱਲ੍ਹ ਚਲੋ ਟੀਚਰ ਦਾ ਰੂਪ ਦਿੱਤਾ, ਉਹਨੂੰ ਪਤਾ ਲੱਗ ਜਾਂਦਾ ਵੀ ਇਹ ਬੱਚਾ ਇਸ ਦੇ 4 ਤੋਂ ਵੱਧ ਬੈਂਡ ਨਹੀਂ ਆਉਣੇ, ਜਿੰਨਾ ਵੀ ਜ਼ੋਰ ਲਗਾ ਲਈਏ। ਕੀ ਤੁਸੀਂ ਉਸ ਦੇ ਉੱਤੇ ਵੀ ਟਰਾਈ ਕਰਦੇ ਰਹਿੰਦੇ ਹੋ ਜਾਂ ਉਸ ਨੂੰ ਕਹਿ ਦਿੰਦੇ ਤੂੰ ਘਰ ਚਲਾ ਜਾ? ਬਿਲਕੁਲ ਵੀ ਨਹੀਂ, ਸਾਡਾ ਕੰਮ ਹੀ ਇਹੀ ਹੈ ਸਰ ਕਿ ਜੇ ਬੱਚਾ 4 ਬੈਂਡ ਵਾਲਾ ਹੈ ਉਹਨੂੰ ਅਸੀਂ ਘੱਟੋ ਘੱਟ 6-6.5 ਬੈਂਡ 'ਤੇ ਲੈ ਕੇ ਆਈਏ, ਕਿਉਂਕਿ ਜੇ ਬੱਚਾ 4 ਤੋਂ 4.5 'ਤੇ ਆਇਆ ਉਹ ਸਾਡੇ ਲਈ ਕੋਈ ਮਾਇਨੇ ਨਹੀਂ ਰੱਖਦਾ। ਸਾਡੇ ਲਈ ਤਾਂ ਮਾਇਨੇ ਰੱਖਦਾ ਕਿ ਬੱਚਾ ਆਪ ਸ਼ੋਅ ਕਰੇ, ਉਹਦੇ ਘਰ ਦੇ ਮਹਿਸੂਸ ਕਰਨ, ਕਲਾਸਮੇਟਸ ਮਹਿਸੂਸ ਕਰਨ ਕਿ ਹਾਂ ਇਹਦੇ 'ਚ ਇੰਪਰੂਵਮੈਂਟ ਹੈਗੀ। ਸੋ ਜਿੱਦਾਂ ਆਪਾਂ ਦੱਸ ਰਹੇ ਸੀ ਤੁਹਾਨੂੰ ਕਿ ਕੋਵਿਡ ਦੀ ਗਾਈਡਲਾਈਨਸ ਨੂੰ ਅਸੀਂ ਫੋਲੋ ਕਰਦੇ ਹਾਂ, ਪੂਰਾ ਡਿਸਿਪਲਿਨ ਹੈ ਸੈਂਟਰ 'ਤੇ ਮੇਨਟੇਨ, CCTV ਕੈਮਰਾਜ਼ ਨੇ ਔਰ ਬੱਚਿਆਂ ਨੂੰ ਅਸੀਂ ਇੱਕ ਡਿਸਕਲੋਜ਼ਰ ਭਰਵਾਉਂਦੇ ਹਾਂ ਬੱਚਿਆਂ ਤੋਂ, ਉਹ ਡਿਸਕਲੋਜ਼ਰ ਉਹਨਾਂ ਤੋਂ ਪੜਵਾਉਂਦੇ ਹਾਂ ਕਿ ਅਸੀਂ ਕੀ ਗਾਈਡਲਾਈਨਸ ਨੇ ਸਾਡੀਆਂ, ਅਗਰ ਬੱਚਾ ਰਾਜ਼ੀ ਹੁੰਦਾ ਹੈ ਫਿਰ ਅਸੀਂ ਐਡਮਿਸ਼ਨ ਦਿੰਦੇ ਹਾਂ। ਸੋ ਇਸੇ ਚੀਜ਼ ਦੇ ਸਦਕਾ ਸਾਡੇ ਰਿਜ਼ਲਟਸ ਬਹੁਤ ਅੱਛੇ ਆ ਰਹੇ ਨੇ। ਤੁਸੀਂ ਅਗਰ ਸਾਡੇ ਰਿਜ਼ਲਟਸ ਇੰਟਰਨੈਟ 'ਤੇ ਦੇਖੋ, ਸਾਰੇ ਰਿਜ਼ਲਟਸ ਅਸੀਂ ਪੋਸਟ ਕਰਦੇ ਹਾਂ 9, 8, 7.5 ਇਸ ਲੈਵਲ ਦੇ ਨੇ। ਔਰ ਅਗਰ ਤੁਸੀਂ ਡੂ ਸਮ ਬੈਕਗਰਾਊਂਡ ਰਿਸਰਚ, ਅਸੀਂ ਕਹਾਂਗੇ ਸਾਡੇ ਬਾਰੇ ਔਨਲਾਈਨ ਗੂਗਲ 'ਤੇ ਰਿਸਰਚ ਕਰੋ, ਟਾਈਪ ਵਿਨ ਯੂਅਰ ਇੰਗਲਿਸ਼ ਇਨ ਗੂਗਲ, WIN ਵਿਨ ਯੂਅਰ ਇੰਗਲਿਸ਼ ਗੂਗਲ ਦੇ ਵਿੱਚ ਭਰੋ, ਯੂ ਵਿਲ ਕਮ ਟੂ ਨੋ ਅਬਾਊਟ ਅਸ, ਵੀ ਆਰ ਇੰਡੀਅਨ ਗੌਰਮੈਂਟ ਅਪਰੂਵਡ ਕੰਸਲਟੈਂਸੀ, ਇਮੀਗ੍ਰੇਸ਼ਨ ਕੰਸਲਟੈਂਸੀ। ਪਲੱਸ ਅਗਰ ਤੁਸੀਂ ਨੋਟਿਸ ਕਰੋਗੇ, ਰਿਵਿਊਜ਼ ਪੜ੍ਹੋ ਸਾਡੇ, ਉੱਥੇ ਰਿਵਿਊ ਸੈਕਸ਼ਨ ਹੁੰਦਾ ਹੈ ਗੂਗਲ ਦੇ ਵਿੱਚ, ਉਸ ਨੂੰ ਪੜ੍ਹੋ। ਅਨਟਿਲ ਟੂਡੇ ਵਿਦ ਗੋਡਸ ਗ੍ਰੇਸ ਵੀ ਹੈਵ 206 5 ਸਟਾਰ ਰਿਵਿਊਜ਼। ਦੇਖੋ 5-7 ਰਿਵਿਊ ਤਾਂ ਤੁਸੀਂ ਜਾਲੀ ਪਵਾ ਸਕਦੇ ਹੋ, 10 ਵੀ ਪਵਾ ਸਕਦੇ ਹੋ, 206 ਰਿਵਿਊ ਜਾਲੀ ਹੋਣਾ ਇੰਪੋਸੀਬਲ ਫੋਰ ਐਨੀ ਕੰਪਨੀ, ਔਰ ਸਾਰੇ ਰਿਵਿਊ 5 ਸਟਾਰ ਨੇ, ਨਨ ਆਫ ਦਾ ਰਿਵਿਊ ਇਜ਼ 4 ਸਟਾਰ ਔਰ ਨੈਗੇਟਿਵ, ਨਾ ਨੈਗੇਟਿਵ ਰਿਵਿਊ ਹੈ ਨਾ 4 ਸਟਾਰ ਹੈ। ਸੋ ਦੈਟ ਇਜ਼ ਦਾ ਲੈਵਲ ਆਫ ਕੁਆਲਿਟੀ ਵੀ ਆਰ ਸਰਵਿੰਗ। ਇਸ ਤੋਂ ਇਲਾਵਾ ਫੇਸਬੁੱਕ 'ਤੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ, ਵਿਨ ਯੂਅਰ ਇੰਗਲਿਸ਼ ਟਾਈਪ ਕਰੋ ਫੇਸਬੁੱਕ 'ਚ, ਯੂ ਵਿਲ ਸੀ 21,000 ਤੋਂ ਵੱਧ ਸਟੂਡੈਂਟਸ ਨੇ ਸਾਨੂੰ ਫੋਲੋ ਕੀਤਾ ਹੈ ਔਰ ਅਸੀਂ ਉਹਦੇ 'ਤੇ ਫ੍ਰੀ ਮਟੀਰੀਅਲ ਪ੍ਰੋਵਾਈਡ ਕਰਦੇ ਹਾਂ। ਜਿਹੜੇ ਫੀਸ ਨਹੀਂ ਦੇ ਸਕਦੇ, ਜੁਆਇਨ ਨਹੀਂ ਕਰ ਸਕਦੇ, ਦੇ ਕੈਨ ਟੇਕ ਐਡਵਾਂਟੇਜ ਆਫ ਫ੍ਰੀ ਮਟੀਰੀਅਲ। ਤੁਸੀਂ ਆਲਸੋ, ਯੂ ਕੈਨ ਆਲਸੋ ਸੈਂਡ ਅਸ ਮੈਸੇਜ ਔਨ ਆਰ ਨੰਬਰ, ਵੀ ਵਿਲ ਸ਼ੇਅਰ ਦਾ ਨੰਬਰ, ਐਂਡ ਉਹਦੇ 'ਤੇ ਅਸੀਂ ਵਟਸਐਪ ਫ੍ਰੀ ਗਰੁੱਪਸ ਬਣਾਏ ਨੇ, ਫ੍ਰੀ ਗਰੁੱਪਸ ਦੇ ਵਿੱਚ ਤੁਸੀਂ ਐਡ ਹੋਵੋ, ਤੁਹਾਨੂੰ ਫ੍ਰੀ ਮਟੀਰੀਅਲ ਚਾਹੀਦਾ ਉਹ ਵੀ ਅਸੀਂ ਫ੍ਰੀ ਆਫ ਕੋਸਟ ਪ੍ਰੋਵਾਈਡ ਕਰਦੇ ਹਾਂ। ਐਂਡ ਅਪਾਰਟ ਫਰੋਮ ਦਿਸ, ਅਗਰ ਤੁਹਾਨੂੰ ਗਾਈਡੈਂਸ ਵੀ ਫ੍ਰੀ ਚਾਹੀਦਾ ਹੈ, ਵੀ ਵਿਲ ਗਿਵ ਯੂ। ਇਸ ਤੋਂ ਇਲਾਵਾ ਅਸੀਂ ਤੁਹਾਨੂੰ
हैल्प करांगे कैनेडियन वीज़ा लई साढ़े 250 यूनिवर्सिटीज़ दे विच डायरेक्ट आई एप्स ने कैनेडा दे विच तां कि असी स्टूडेंट नूं असी उही कोर्सां दे विच डील करदे हां जिहड़े करियर ड्रिवन ने जिन्हां दे विच तुहानूं जॉब मिल सकदी है जिहदे विच तुहानूं पीआर जल्दी मिल सकदी है वी ओनली डील इन दोज स्पैसिफिक कोर्सेस असी इदां नहीं है कि तुहाडे तों डॉक्यूमेंट लिते और अपलाई कर दिते साडी सारी टीम है जी कैनेडा भी टीम है इंडिया भी है असी प्रॉपर वर्कआउट करके फिर असी अपलाई करदे हां चाहे वह स्टूडेंट वीज़ा होवे पीआर होवे वर्क परमिट होवे नैनी दी फाइल होवे क्योंकि ये तुहाडा वीज़ा नहीं है साडा ही वीज़ा है इवेंचुअली सो अगर तुहाडा वीज़ा आएगा तो असी किते शो करन जोगे होवांगे अगर तुहाडा आयल्स आएगा वह भी साडा आयल्स है सो असी इस चीज़ को अपना मन के चलते हैं।